ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਈਆਂ ਅੱਗ ਲੱਗਣ ਦੇ ਨਾਲ। ਚਲਦੀ ਕਾਰ ਹੋਈ ਸਵੇਰ ਮੱચી ਹਾਹਾਕਾਰ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਵੱਡੀ ਘਟਨਾ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਕੀ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹੁਣ ਇੱਥੇ ਚਲਦੀ ਹੋਈ ਕਾਰ ਦੇ ਵਿੱਚ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਰੂਪਨਗਰ ਤੋਂ ਫਗਵਾੜਾ ਨੈਸ਼ਨਲ ਹਾਈਵੇ ਦੇ ਉੱਪਰ ਬੰਗਾ ਸ਼ਹਿਰ ਤੋਂ ਸਾਹਮਣੇ ਜਿੱਥੇ ਇੱਕ ਕਾਰ ਦੇ ਉੱਪਰ ਅੱਗ ਲੱਗਣ ਦੀ ਚਪੇਟ ਦੇ ਵਿੱਚ ਆਗੀ ਤੇ ਜਦੋਂ ਇਹ ਪਿੰਡ ਪੁਦਾਸ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਬਲਵੀਰ ਸਿੰਘ ਪੁੱਤਰ ਅਰਜਨ ਸਿੰਘ ਆਪਣੀ ਪਤਨੀ ਸੁਖਪਾਲ ਕੌਰ ਦੇ ਨਾਲ ਰੂਪਨਗਰ ਤੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ ਜੈਸ ਸਮੇਂ ਦੋਵੇਂ ਪਤੀ ਪਤਨੀ ਰੂਪਨਗਰ ਤੋਂ ਦੁਬਈ ਲੈ ਕੇ ਆਪਣੀ ਕਾਰ ਦੇ ਵਿੱਚ ਬੰਗਾ ਦੇ ਕੋਲ ਪਹੁੰਚੇ ਤਾਂ ਬੰਗਾ ਵਿਖੇ ਬਣੇ ਐਲੀਵੇਟਰ ਤੇ ਪੰਗਾ ਸ਼ਹਿਰ ਤੋਂ ਅੱਗੇ ਪਹੁੰਚੇ ਤੇ ਅਚਾਨਕ ਈ ਕਾਰ ਦੀ ਜਿਹੜੀ ਉਹਨਾਂ ਦੀ ਬੰਦ ਹੋ ਗਈ ਤੇ ਬਰਬੀਰ ਸਿੰਘ ਦੇ ਵੱਲੋਂ ਜਿੱਥੇ ਉਸ ਨੂੰ ਕਈ ਵਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਟਾਰਟ ਨਹੀਂ ਹੋਈ ਤੇ ਇੰਜਨ ਵਾਲੇ ਹਿੱਸੇ ਵਿੱਚੋਂ ਧੂਆ ਨਿਕਲਦਾ ਦਿਖਾਈ ਦਿੱਤਾ ਜਿਸ ਨੂੰ ਦੇਖ ਕੇ ਅਚਾਨਕ પતિ ਪਤਨੀ ਕਾਰ ਵਿੱਚੋਂ ਬਾਹਰ ਆਏ ਤੇ ਅਚਾਨਕ ਇੱਕਦਮ ਅੱਗ ਦੀਆਂ ਲਪਟਾਂ ਦੇ ਨਾਲ ਕਾਰ ਕਰ ਗਈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਾਣਕਾਰ ਦਿੱਤੇ ਗਏ ਜਿੱਥੇ ਥਾਣਾ ਪੰਗਾ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਤੇ ਉੱਤੇ ਅੱਗ ਲੱਗਣ ਦੇ ਕਾਰਨ ਕਾਰ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈ ਜਿੱਥੇ ਹਾਲ ਸੇ ਵਿੱਚ ਕਿਸੇ ਦਾ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਕਾਫੀ ਹੋਇਆ ਹੈ ਤੇ ਕਾਰ ਸੜ ਕੇ ਸੁਆਹ ਹੋ ਚੁੱਕੀ ਹੈ